ਜ਼ਿਲ੍ਹਾ ਰੂਪਨਗਰ 'ਚ ਲਗਾਤਾਰ ਨਜਾਇਜ਼ ਮਾਈਨਿੰਗ ਜਾਰੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਸਤਲੁਜ ਦਰਿਆ 'ਚ ਹੋ ਰਹੀ ਨਜਾਇਜ਼ ਮਾਈਨਿੰਗ ਦਾ, ਜਿਸ ਤੋਂ ਸਥਾਨਕ ਲੋਕਾਂ ਨੇ ਮਾਈਨਿੰਗ ਮਾਫੀਆ ਨੂੰ ਘੇਰ ਲਿਆ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ, ਜਿਸ ਤੋਂ ਬਾਅਦ ਮਾਮਲਾ ਗਰਮਾ ਗਿਆ ਅਤੇ ਫਿਰ DC ਅਤੇ SSP ਨੂੰ ਵੀ ਸੂਚਿਤ ਕਰਨਾ ਪਿਆ। ਪਰ ਮਾਈਨਿੰਗ ਕਰਨ ਵਾਲੇ 8 ਲੋਕਾਂ ਵਿੱਚੋਂ 2 ਲੋਕ ਹੀ ਪੁਲਿਸ ਦੇ ਹੱਥ ਆਏ ਨੇ। ਮਾਮਲਾ ਆਇਆ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜੀ। ਅੱਛਾ, ਕੌਣ ਕਰ ਰਿਹਾ? ਠੇਕੇਦਾਰ, ਮੈਂ ਨਾਂ ਨਹੀਂ ਪਤਾ ਸਾਨੂੰ, ਠੇਕੇਦਾਰਾਂ ਦੋ ਪਿੱਛੇ ਆ ਰਹੇ, ਉਹਨਾਂ ਨਾਲ ਗੱਲ ਕਰ ਲਓ। ਹਾਂਜੀ, ਕੀ ਨਾਮ ਹੈ ਭਾਜੀ ਤੁਹਾਡਾ? ਮੇਰਾ ਨਾਮ ਬਲਜੀਤ ਸਿੰਘ ਹੈ। ਹਾਂਜੀ, ਕੀ ਕਹਿਣਾ ਚਾਹ ਰਹੇ ਤੁਸੀਂ? ਇਹ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜੀ, ਕਹਿ ਰਹੇ ਆ ਸਾਡਾ ਠੇਕਾ ਹੋਇਆ ਕਿੰਨੇ ਕਰੋੜਾਂ ਦਾ, ਤਾਂ ਰੋਜ਼ ਰਾਤ ਨੂੰ ਹੀ ਲੱਗਦੀਆਂ ਇਹ ਚੋਰੀ ਛੁੱਪੇ, ਰਾਤ ਨੂੰ ਇੱਥੇ ਕੱਢਿਆ ਜਾਂਦਾ ਇੱਥੋਂ। ਤਾਂ ਇਹਦਾ ਅੱਜ ਅਸੀਂ ਦੇਖ ਲਿਆ ਵੀ ਇਹ ਪੁੱਛਿਆ ਇਹਨਾਂ ਤੋਂ, ਅਪਰੂਵਲ ਦਿਓ ਭਾਈ ਸਾਨੂੰ, ਜੇ ਤੁਸੀਂ ਕੋਈ ਠੇਕਾ ਚੜਿਆ ਹੈ ਤੁਹਾਡਾ ਤਾਂ ਸਾਨੂੰ ਅਪਰੂਵਲ ਦਿਖਾਓ। ਤਾਂ ਇਹਨਾਂ ਕੋਲ ਕੁਛ ਨਹੀਂ ਹੈ ਦਿਖਾਉਣ ਵਾਸਤੇ, ਅਤੇ ਨਾਮ ਵਰਤ ਰਹੇ ਆ, ਕਹਿੰਦੇ ਪ੍ਰਸ਼ਾਸਨ ਤੋਂ ਸਾਨੂੰ ਮਤਲਬ ਉਹ ਲਈ ਆ, ਸਾਡਾ ਠੇਕਾ ਹੋ ਗਿਆ ਵਾ, ਅਤੇ ਹੁਣ ਸਾਰੇ ਹੀ ਗੈਪ ਹੋ ਗਏ ਜਿਹੜੇ ਕਹਿ ਰਹੇ ਸੀ ਸਾਡਾ ਠੇਕਾ ਹੋ ਗਿਆ ਵਾ, ਆਪਣੀ ਗੱਡੀ ਲੈ ਕੇ ਸਭ ਭੱਜ ਗਏ ਜੀ। ਕਿੰਨੀ ਦੇਰ ਤੋਂ ਚੱਲ ਰਿਹਾ ਕੰਮ? ਇਹ ਪਰਸੋਂ ਵੀ ਇੱਕ ਕੱਢੀ ਹੈ ਜੀ, ਹੁਣ ਵੀ ਇੱਕ, ਕੱਲ ਵੀ ਕੱਢੀ ਜੀ, ਅੱਜ ਵੀ ਕੱਢੀ ਹੈ, ਅੱਜ ਗਏ ਸਾਰੀ ਰਾਤ ਲਾਉਣੀ ਸੀ, ਅਸੀਂ ਇਕੱਠੇ ਹੋ ਕੇ ਆਏ। ਕਹਿੰਦੇ J&K ਵਾਲੇ ਨੇ 52 ਕਰੋੜ ਰੁਪਏ ਦਿੱਤਾ ਜੀ, DC ਸਾਹਿਬ ਦੀ ਪਰਮਿਸ਼ਨ ਹੈ ਜੀ। ਅਸੀਂ ਕਹਿੰਦੇ ਸਾਨੂੰ ਅਪਰੂਵਲ ਦੇ ਦਿਓ ਜੀ, ਚੱਕ ਲਓ ਜੀ, ਇਹ ਕਹਿੰਦੇ ਸਵੇਰ ਨੂੰ ਦਿਖਾਉਂਗੇ ਜੀ। ਸੁਖਵਿੰਦਰ ਸਿੰਘ ਜੀ, 10 ਤਰੀਕ ਵਾਲੇ ਅਖਬਾਰ ਦੇ ਵਿੱਚ DC ਸਾਹਿਬ ਨੇ ਦਿੱਤਾ ਵੀ ਕੋਈ ਪੰਜਾਬ ਦੀ ਕੋਈ ਖੱਡ ਦਾ ਉਹ ਨਹੀਂ ਹੋਈ, ਬੋਲੀ ਨਹੀਂ ਹੋਈ ਹੈਗੀ ਅਜੇ ਤੱਕ ਜੀ। ਠੀਕ ਹੈ ਜੀ, ਇਹ ਉਹਨਾਂ ਨੇ ਕਿਹਾ ਜੀ ਪੁਲ ਤੋਂ ਇੱਧਰ ਨਹੀਂ ਚੱਕਣਾ, ਦੋਨੋਂ ਪਾਸੇ ਪੁਲ ਲੱਗ ਰਹੇ ਆ ਜੀ, 3-3 ਕਿਲੋਮੀਟਰ ਇਹ ਫੇਰ ਚੱਕੀ ਜਾ ਰਿਹਾ ਜੀ ਪੁਲ ਦੇ ਵਿੱਚੋਂ ਜੀ। ਜ਼ਮੀਨਾਂ, ਜਿਹੜੀ ਜ਼ਮੀਨ ਹੈ ਜੀ, ਮਾਲਕਾਂ ਦੀ ਜ਼ਮੀਨ ਆ, ਉਹਦੇ ਵਿੱਚੋਂ ਚੱਕ ਰਹੇ ਜੀ, ਉਹ ਸਾਨੂੰ ਪਰਮਿਸ਼ਨ ਆਰਡਰ ਨਹੀਂ ਹੈਗੇ ਅਸੀਂ ਚੱਕ ਸਕਦੇ ਰੇਤਾ ਜੀ, ਅਸੀਂ ਆਪਣੇ ਪਿੰਡ 'ਚ ਰੇਤਾ ਨਹੀਂ ਚੱਕ ਸਕਦਾ ਜੀ, ਆਪਣੇ ਅਸੀਂ ਮਾਲਕ ਆ ਜੀ ਪਿੰਡ ਦੇ, ਇਸ ਕਰੋੜਦਾਰ ਦੇ ਜੀ, ਅਸੀਂ ਨਹੀਂ ਚੱਕ ਸਕਦੇ ਜੀ। ਕੋਈ ਨੀ ਬਾਈ, ਦੇਖ ਇੱਧਰ ਮੇਰੀ ਗੱਲ ਸੁਣੋ। ਹਾਂਜੀ ਹਾਂਜੀ, ਇਹਨੂੰ ਬੰਦ ਕਰੋ, ਪਹਿਲਾਂ ਬੰਦ ਕਰੋ, ਮਤਲਬ 2 ਮਿੰਟ ਮੇਰੀ ਸੁਣ ਲਓ। ਦੱਸੋ ਮੜੀ ਜੀ, ਬੰਦ ਕਰ ਲਓ। ਮਤਲਬ ਕਿਉਂ ਬੰਦ ਕਰ ਲਓ? ਤੁਸੀਂ 2 ਮਿੰਟ ਮੇਰੀ ਤੋਂ ਸੁਣ ਲਓ। ਹਾਂਜੀ ਬੋਲੋ। ਤੁਸੀਂ ਮੇਰੇ ਨਾਲ ਚੱਲੋ ਥਾਣੇ, ਜੋ ਵੀ ਗੱਲ ਹੈਗੀ ਉੱਥੇ ਜਾ ਕੇ ਕਰ ਲੈਂਦੇ ਆਪਾਂ, ਮੈਂ ਤਾਂ ਕੁਛ ਨਹੀਂ ਕਰਦਾ। ਤੁਸੀਂ ਮੇਰੀ ਕਿਉਂ ਬਣਾ ਰਹੇ ਹੋ? ਤੁਹਾਡੀ ਨਹੀਂ ਬਣਾ ਰਿਹਾ, ਮੈਂ ਤਾਂ ਗੱਡੀ ਦੇਖ ਰਿਹਾ, ਤੁਸੀਂ ਮੌਕੇ ਪਰ ਦੇਖੋ। ਹਾਂ ਦੇਖੋ ਗੱਡੀ, ਮੇਰੇ ਵੱਲ ਕਾਹਤੇ ਲਾਈਟ ਮਾਰ ਰਹੇ ਤੁਸੀਂ? ਬਣਾ ਲਿਆ ਫਿਰ ਜਿਹੜੀ ਬਣਾਉਣੀ ਹੈ। ਨਹੀਂ, ਤੁਸੀਂ ਮੈਨੂੰ ਕਹੀ ਜਾ ਰਿਹਾ ਵੀਰ ਬੇ ਰੁਕ ਜਾ। ਨਹੀਂ, ਤੁਸੀਂ ਮੇਰੇ ਵੱਲ ਕਿਉਂ ਲਾਈਟ ਮਾਰ ਰਹੇ ਪਹਿਲਾਂ ਇਹ ਦੱਸੋ। ਮੈਂ ਤੁਹਾਨੂੰ ਕਹੀ ਜਾਂਦਾ ਵੀ ਰੁਕ ਜਾਓ। ਨਹੀਂ ਰੁਕ ਜਾਂਦੇ, ਪਰ ਤੁਸੀਂ ਮੇਰੇ ਮੂੰਹ ਪਰ ਲਾਈਟ ਕਿਉਂ ਮਾਰ ਰਹੇ ਹੋ? ਲਾਈਟ ਤਾਂ ਇਹਨਾਂ ਦੇ ਮੂੰਹ ਪਰ ਮਾਰੋ ਜਿਹੜੇ ਅਕਿਊਜ਼ ਹੈਗੇ ਇੱਥੇ, ਆਰੋਪੀ ਜਿਹੜੇ ਮਾਈਨਿੰਗ ਕਰ ਰਹੇ। ਲੈ ਬਣਾ ਲੈ, ਇੱਧਰ ਹੋ ਜਾਓ ਤੁਸੀਂ ਮੇਰੇ, ਇੱਧਰ ਆ ਜਾ ਬਾਬਾ ਜੀ, ਇੱਧਰ ਆਓ ਜੀ। ਮਾਈਨਿੰਗ ਹੋ ਰਹੀ ਸੀ, ਕੀ ਕਾਰਵਾਈ ਹੈ, ਕਿੰਨੇ ਕੁ ਬੰਦੇ ਸੀ, ਕੀ ਸਥਿਤੀ ਹੈਗੀ ਹੈ? ਸਥਿਤੀ ਇਹ ਹੈ ਕਿ ਜਦੋਂ ਹੀ ਫੋਨ ਆਇਆ, ਐਸ ਐਮ ਮੈਡਮ ਦਾ ਫੋਨ ਆਇਆ, ਅਸੀਂ ਮੌਕੇ 'ਤੇ ਪਹੁੰਚੇ, ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਹੈ, ਇੱਕ ਟਿੱਪਰ ਖੜਾ ਹੈ ਰੋਡ 'ਤੇ, ਉਹਨੂੰ ਕਬਜ਼ੇ 'ਚ ਲਿਆ, ਇੱਕ JCB ਮਸ਼ੀਨ ਹੈ ਉਹਨੂੰ ਕਬਜ਼ੇ 'ਚ ਲਿਆ, ਇੱਕ ਗੱਡੀ ਹੈ ਉਹਨੂੰ ਕਬਜ਼ੇ 'ਚ ਲਿਆ, ਅਤੇ ਮੌਕੇ 'ਤੇ ਜਿਹੜੀ ਜ਼ਮੀਨ ਹੈ ਉਹ ਇਰੀਗੇਸ਼ਨ ਡਿਪਾਰਟਮੈਂਟ ਦੀ ਹੈ, ਨਜਾਇਜ਼ ਮਾਈਨਿੰਗ ਇਹਨਾਂ ਨੂੰ ਕੋਈ ਪਰਮਿਸ਼ਨ ਤਾਂ ਦਿੱਤੀ ਨਹੀਂ ਜੀ, ਅਤੇ ਬਾਕੀ ਜੋ ਵੀ ਕਾਰਵਾਈ ਹੋਏਗੀ ਆਪਾਂ ਕਰ ਰਹੇ ਹਾਂ ਜੀ। ਅਤੇ ਗੱਡੀਆਂ ਦੇ ਨਾਲ ਕਿੰਨੇ ਕੁ ਬੰਦੇ ਹੈਗੇ ਜਿਹੜੇ ਇਸ ਟਾਈਮ ਆਪਾਂ ਨੂੰ? ਇਸ ਟਾਈਮ ਬੰਦੇ ਹੈਗੇ 2, ਇਸ ਟਾਈਮ ਬੰਦੇ 2 ਹੈਗੇ। ਕੁੱਲ ਕਿੰਨੇ ਕੁ ਸੀ ਅਤੇ ਜਿਹੜੇ ਬਾਕੀ ਭੱਜ ਗਏ? ਜਿਹੜੇ ਭੱਜ ਗਏ ਉਹਨਾਂ ਦਾ ਬਾਰੇ ਮੈਨੂੰ ਪਤਾ ਨਹੀਂ, ਕਿਉਂਕਿ ਮੌਕੇ 'ਤੇ ਸਪੋਰਟ 'ਤੇ ਜਦ ਮੈਂ ਪਹੁੰਚਿਆ 2 ਬੰਦੇ ਸੀਗੇ, 2 ਬੰਦੇ ਨੂੰ ਮੈਂ ਦੇਖਿਆ, ਹੋਰ ਬੰਦਿਆਂ ਨਾਲ ਮੇਰੀ ਗੱਲ ਨਹੀਂ ਹੋਈ, ਬਾਕੀ ਆਪਾਂ ਹੁਣ ਬੰਦੇ ਬੁਲਾਏ ਮਸ਼ੀਨਾਂ ਲੈ ਕੇ ਥਾਣੇ ਜਾ ਰਹੇ ਹਾਂ। ਠੀਕ ਹੈ ਜੀ, ਇਹ ਕੌਣ ਬੰਦੇ ਹੈ ਜੀ ਜਿਹੜੇ, ਉਹਦੀ ਜਾਣਕਾਰੀ ਤੋਂ ਪਤਾ ਲੱਗਿਆ? ਮੈਂ ਕੋਈ ਜਾਣਕਾਰੀ ਉਹਦੇ ਬਾਰੇ ਨਹੀਂ ਰੱਖਦਾ, ਹਜੇ ਵੈਰੀਫਾਈ ਨਹੀਂ ਕੀਤਾ, ਹਜੇ ਮੌਕੇ 'ਤੇ ਸਿਰਫ ਇਲੀਗਲ ਦਾ ਦੇਖਿਆ, ਬਾਕੀ ਵੈਰੀਫਾਈ ਕਰਾਂਗੇ ਫਿਰ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਜਿਹੜੇ ਬੰਦੇ ਹੈ।